ਸੋਸ਼ਲ ਮੀਡੀਆ ਤੇ ਕੁਝ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਮਾਲਟਨ ਵਿਖੇ ਵੈਸਟਵੁੱਡ ਸਕੁਐਰ ਵਿੱਚ ਹੋਈ ਲੜਾਈ ਵੇਖੀ ਜਾ ਸਕਦੀ ਹੈ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਉਹਨਾਂ ਨੂੰ ਇਸ ਘਟਨਾ ਦੇ ਸੰਬੰਧ ਵਿੱਚ 4 ਵਿਅਕਤੀਆਂ ਦੀ ਤਲਾਸ਼ ਹੈ। ਜ਼ਿਕਰਯੋਗ ਹੈ ਕਿ ਯੂਟਿਊਬ ਇਹਨਾਂ ਵੀਡੀਓਜ਼ ਵਿੱਚ ਵੇਖ ਰਿਹਾ ਹੈ ਕਿ ਲੋਕ ਆਪਣੇ ਵਾਹਨਾਂ ਵਿੱਚੋਂ ਬਾਹਰ ਨਿਕਲ ਰਹੇ ਨੇ ਅਤੇ ਕ੍ਰਿਕਟ ਬੈਟਸ ਨਾਲ ਇੱਕ ਦੂਜੇ 'ਤੇ ਹਮਲਾ ਕਰ ਰਹੇ ਨੇ। ਹਾਲਾਂਕਿ ਵੀਡੀਓਜ਼ ਦੇ ਨਾਮ 'ਤੇ ਨਜ਼ਰ ਮਾਰੀਏ ਤਾਂ ਇਹ ਤਾਂ ਪਤਾ ਲੱਗਦਾ ਹੈ ਕਿ ਇਹ ਅੰਤਰਰਾਸ਼ਟਰੀ ਵਿਦਿਆਰਥੀ ਹੋ ਸਕਦੇ ਹਨ ਜਾਂ ਵੀਡੀਓਜ਼ ਉਹਨਾਂ ਨਾਲ ਜੁੜੀਆਂ ਹੋ ਸਕਦੀਆਂ ਨੇ, ਪਰ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਮੁਤਾਬਕ ਉਹ ਗੋਰਵੇ ਅਤੇ ਮਾਰਨਿੰਗ ਸਟਾਰ 'ਤੇ 26 ਜੂਨ ਨੂੰ ਸ਼ਾਮ 7:30 ਦੇ ਕਰੀਬ ਡਿਸਟਰਬੈਂਸ ਦੀਆਂ ਕਾਲਸ ਆਉਣ ਤੋਂ ਬਾਅਦ ਪਹੁੰਚੇ। ਉਹਨਾਂ ਨੂੰ ਉੱਥੇ 3 ਪੀੜਿਤ ਮਿਲੇ ਜਿਨ੍ਹਾਂ ਵਿੱਚੋਂ ਇੱਕ ਨੂੰ ਹਸਪਤਾਲ ਲਿਜਾਇਆ ਗਿਆ ਅਤੇ 2 ਦਾ ਮੌਕੇ 'ਤੇ ਹੀ ਇਲਾਜ ਕਰ ਦਿੱਤਾ ਗਿਆ। ਕਿਸੇ ਨੂੰ ਜਾਨਲੇਵਾ ਜ਼ਖਮ ਨਹੀਂ ਆਏ ਨੇ। When police had arrived, we had located 3 male victims, at which point one of the male victims was transported to hospital. One of the males was assessed on scene and the other male did not suffer. He suffered minor injuries. At this time, we are currently investigating. We are looking for 4 male suspects who are involved in this disturbance. They're associated with a white sedan vehicle. We're also seeking assistance from the public to identify any of these individuals.